ਖੂਨਦਾਨ ਮਹਾਂਦਾਨ ਜਿੱਥੇ ਇੱਕ ਇੱਕ ਕਤਰਾ ਖੂਨ ਦਾ ਕਿਸੇ ਦੀ ਕੀਮਤੀ ਜਾਨ ਨੂੰ ਬਚਾ ਸਕਦਾ ਹੈ। ਜਿਸ ਨੂੰ ਲੈ ਕੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਚੋਪੜਾ ਦੀ 43ਵੀਂ ਪੁੰਨ ਤਿਥੀ ਉੱਪਰ ਖਰੜ ਵਿਖੇ ਜਰਨਲਿਸਟ ਐਸੋਸੀਏਸ਼ਨ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿੱਚ ਨੌਜਵਾਨਾਂ ਵੱਲੋਂ ਭਾਰੀ ਗਿਣਤੀ 'ਚ ਭਾਗ ਲਿਆ ਗਿਆ। ਇਸ ਮੌਕੇ ਆਪ ਵਿਧਾਇਕ ਸ੍ਰੀ ਚਮਕੌਰ ਸਾਹਿਬ ਤੋਂ ਡਾਕਟਰ ਚਰਨਜੀਤ ਸਿੰਘ, ਯੂਥ ਆਗੂ ਅਕਾਲੀ ਕਰਨਵੀਰ ਸਿੰਘ ਕੰਗ ਅਤੇ ਹੋਰ ਕਈ ਮੁੱਖ ਅਤਿਥੀ ਤੌਰ ਤੇ ਪੁੱਜੇ। ਉਹਨਾਂ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਵੰਡੇ ਗਏ। ਤੁਹਾਨੂੰ ਦਿਖਾਉਂਦੇ ਹਾਂ ਖੂਨਦਾਨ ਕੈਂਪ ਦੀਆਂ ਝਲਕੀਆਂ ਖਰੜ ਤੋਂ।